इंद्रजीत जीरा ने किया श्री मुक्सर साहब का दौरा। नरेगा के मजदूरों को पिछले 5 सालों से नहीं मिल रही मजदूरी। पंचायत अधिकारियों ने कहा कि मार्च तक हो जाएगी मजदूरों की बनती अदायगी। श्री मुक्सर साहब ने नरेगा मजदूरों को आ रही समस्याओं का पिछले लंबे समय से मजदूरी ना मिलने की समस्याओं को देखते हुए कांग्रेस के पूर्व MLA इंद्रजीत सिंह जीरा ने श्री मुक्सर साहब के गांवों का दौरा किया। वह नरेगा के मजदूरों से उनकी समस्याओं के बारे में जानकारी हासिल की। वहीं मजदूरों ने अपना दुख बयान करते हुए बताया, इस भारी महंगाई के दौर में वे अपने घर का पालन पोषण कैसे करेंगे, जबकि उन्हें पिछले लगभग 5 सालों से मजदूरी नहीं मिल रही। कहने वो कहते आ ही नहीं, अब तू नहीं आई, ਕੰਮ ਦਾ ਚਲਾਓਗੇ ਲਿਆਵਾਂਗੇ ਜੀ ਲਿਆਵਾਂਗੇ ਕਹਿ ਰਹੇ ਦੂਸਰੀ ਤਰਫ ਇੰਦਰਜੀਤ ਜੀਰਾ ਨੇ ਪ੍ਰਸ਼ਾਸਨ ਕੋ ਚਿਤਾਇਆ ਕਿ ਅਗਰ 15 ਦਿਨੋਂ ਕੇ ਭੀਤਰ ਮਜ਼ਦੂਰੋਂ ਕਾ ਬਨਤਾ ਹੱਕ ਉਨਕੋ ਨਾ ਮਿਲਾ ਤੋ ਵੇ DC ਕਾ ਘੇਰਾਵ ਕਰੇਂਗੇ ਔਰ ਹਰ ਹਾਲ ਮੇਂ ਮਜ਼ਦੂਰੋਂ ਕਾ ਬਨਤਾ ਹੱਕ ਮਿਲਾ ਕਰ ਰਹੇਂਗੇ। ਮਤੇ ਜਿਹੜਾ ਤੁਸੀਂ ਮੈਂ ਉੱਥੇ ਪਾਸ ਕੀਤਾ ਹੈ ਉਹਦੀ ਕਾਪੀ ਤਾਂ ਮੈਨੂੰ ਦਿਓ, ਤੇ ਕਹਿੰਦਾ ਕਾਪੀ ਤਾਂ ਘਰ ਰਹੇਗੀ। ਇਹ ਇੱਕ ਡਰਾਮਾ ਨਹੀਂ, ਜੇ ਡਰਾਮਾ ਨਾ ਹੋਵੇ ਤੇ ਉੱਥੋਂ ਇੱਕ ਦਿਨ ਮੇਰਾ ਦੋ ਚੰਦੂ ਮਾਜਰਾ ਬੋਲੀ ਜਾਂਦਾ ਸੀ ਕਿ ਭਾਰਤ ਸਰਕਾਰ ਹੈ ਜਿਹੜੀ ਸਾਡੇ ਨਾਲ ਵਿਤਕਰਾ ਕਰ ਰਹੀ ਹੈ, ਜੇ ਵਿਤਕਰਾ ਕਰ ਰਹੀ ਹੈ ਤੇ ਹਰਸਿਮਰਨ ਕੌਰ ਉੱਥੇ ਕਰਦੀ ਕੀ ਬੈਠੀ ਹੈ, ਉਹਨੂੰ ਵਾਪਸ ਬੁਲਾ ਲੈਣ। ਉਹ ਕੈਬਨਿਟ 'ਚ ਜਿਹੜਾ ਕੁਛ ਪਾਸ ਹੁੰਦਾ ਜਵਾਬ ਤਾਂ ਉਹ ਦਿੱਤਾ ਜਾਂਦਾ ਨਾ। ਹੁਣ ਇਹਨਾਂ ਦਾ ਇਹ ਆ ਕਿ ਇਲੈਕਸ਼ਨ ਸਿਰ 'ਤੇ ਆ, ਇਹਨੂੰ ਰੌਲਾ ਪਾਓ। ਦੇਖੋ ਉਹਨੂੰ ਇੱਕ ਹੋਰ ਲਿਖੋ, ਬਾਦਲ ਸਾਹਿਬ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਨਮਾਨਿਤ ਕੀਤਾ ਜਾਏਗਾ ਕਿਸ ਗੱਲ ਲਈ? ਕੀ ਉਹਨੇ ਮਾਰਕਾ ਮਾਰ ਲਿਆ? ਮਾਰਕਾ ਮਾਰ ਲਿਆ ਕਿ ਲੋਕ ਤੜਫਦੇ ਫਿਰਦੇ ਨੇ, ਲੋਕ ਜਿਹੜੇ ਨੇ ਕੁਰਬਾਨ, ਲੋਕ ਜਿਹੜੇ ਪੰਜਾਬ ਦੇ ਨੇ ਜਿਹੜੇ ਉਹ ਰੋਜ਼ 3-3 ਤੋਂ 2 ਕਿਸਾਨ ਜਿਹੜੇ ਆਤਮ ਹੱਤਿਆ ਕਰ ਰਹੇ ਨੇ, ਮਜ਼ਦੂਰ ਕਰ ਰਹੇ ਨੇ। ਆ ਮੁਕਤਸਰ ਦੇ ਫਾਜ਼ਲ ਰਿਆਂਕੇ ਦੇ ਵਿੱਚ ਇੱਕ ਜਨਾਨੀ ਹੈ, ਵਿਚਾਰੀ ਉਹਨੇ ਦਵਾਈ ਪੀ ਲਈ ਹੈ, ਬਾਦਲ ਸਾਹਿਬ ਨੂੰ ਪਤਾ ਹੀ ਨਹੀਂ। ਬਾਦਲ ਸਾਹਿਬ ਦੇ ਆਪਦੇ ਹਲਕੇ ਦੇ ਪਾਕਾਂ ਨਾਲ ਪਿੰਡ 37 ਕਿਸਾਨ ਆਤਮ ਹੱਤਿਆ ਕਰ ਗਏ ਨੇ, ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ, ਪ੍ਰੈਸ ਵਾਲੇ ਤੁਸਾਂ ਵੀ ਪੁੱਛਿਆ ਸੀ, ਆਹਦਾ ਜੀ ਮੈਨੂੰ ਪਤਾ ਹੀ ਨਹੀਂ ਕੀ ਹੈ। ਜਿਹੜੀ ਨਰੇਗਾ ਦੀ ਪੇਮੈਂਟ ਹੈ, ਅਸੀਂ ਜਿੰਨੇ ਵੀ ਨਰੇਗਾ ਤਹਿਤ ਕੰਮ ਕਰਵਾਉਂਦੇ ਹਾਂ ਅਸੀਂ ਉਹਨਾਂ ਦੇ ਮਸਤੋਲ ਵਗੈਰਾ ਸਾਰੇ ਔਨਲਾਈਨ ਕਰ ਲਏ ਆ ਹਰ ਪੰਚਾਇਤ ਦੇ। ਮੇਰੇ ਮੁਕਤਸਰ ਬਲਾਕ ਦੇ ਵਿੱਚ ਕੁੱਲ 98 ਪੰਚਾਇਤਾਂ ਅਤੇ ਕਰੀਬ 5 ਕਰੋੜ ਲੇਬਰ ਦੀ ਜਿਹੜੀ ਅਦਾਇਗੀ ਪੈਂਡਿੰਗ ਹੈ। ਇਹਦੇ ਵਿੱਚ ਇਹ ਹੈ ਵੀ ਸਟੇਟ ਪੱਧਰ ਤੋਂ ਪੇਮੈਂਟ ਹਜੇ ਆਉਣੀ ਬਾਕੀ ਹੈ, 31 ਮਾਰਚ ਤੱਕ ਉਮੀਦ ਹੈ ਸਾਨੂੰ ਵੀ ਪੇਮੈਂਟ ਆ ਜਾਊਗੀ ਅਤੇ ਉਹਨਾਂ ਦੀ ਸਾਰੀ ਪੇਮੈਂਟ ਕਰ ਦਿਆਂਗੇ। ਜਾਗਰਤੀ ਲਹਿਰ ਕੇ ਲਈ ਸ਼੍ਰੀ ਮੁਕਤਸਰ ਸਾਹਿਬ ਸੇ ਅਨਿਲ ਪਨਸੇਜਾ ਕੀ ਰਿਪੋਰਟ।